ਇੱਕ ਬਹੁਤ ਹੀ ਇਮਾਨਦਾਰ ਅਤੇ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਉੱਘੇ ਸਮਾਜ ਸੇਵਕ ਫੌਜੀ ਭਜਨ ਸਿੰਘ ਖੈੜਾ ਪਿਛਲੇ ਦਿਨ ਹੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਖੈੜਾ ਦੋਨਾ ਕਪੂਰਥਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਫੌਜੀ ਸਰਦਾਰ ਭਜਨ ਸਿੰਘ ਖੈੜਾ ਇੱਕ ਬਹੁਤ ਹੀ ਮਿਹਨਤੀ ਅਤੇ ਨੇਕ ਦਿਲ ਇਨਸਾਨ ਸਨ। ਆਪ ਜੀ ਬਹੁਤ ਹੀ ਮਿੱਠ ਬੋਲੇ ਸੁਭਾਅ ਦੇ ਮਾਲਕ ਸਨ। ਆਪ ਜੀ ਨੇ ਲੰਮਾ ਸਮਾਂ ਫੌਜ ਵਿੱਚ ਨੌਕਰੀ ਕੀਤੀ। ਆਪ ਜੀ ਨੇ ਜਿੱਥੇ 1965 ਵਿੱਚ ਭਾਰਤ ਚੀਨ ਲੜਾਈ ਵਿੱਚ ਹਿੱਸਾ ਲਿਆ, ਉੱਥੇ ਹੀ ਆਪ ਜੀ ਨੇ 1971 ਵਿੱਚ ਭਾਰਤ ਪਾਕਿਸਤਾਨ ਯੁੱਧ ਵਿੱਚ ਵੀ ਆਪਣੀ ਡਿਊਟੀ ਨੂੰ ਬਖੂਬੀ ਨਿਭਾਇਆ। ਫੌਜ ਵਿੱਚ ਸੇਵਾ ਮੁਕਤ ਹੋਣ ਉਪਰੰਤ ਆਪ ਜੀ ਨੇ ਗ੍ਰਾਮ ਪੰਚਾਇਤ ਪਿੰਡ ਖੈੜਾ ਦੋਨਾ ਦੀ ਪੰਚ ਵਜੋਂ ਲੰਮਾ ਸਮਾਂ ਸੇਵਾ ਕੀਤੀ। ਆਪ ਜੀ ਲੰਮਾ ਸਮਾਂ ਗੁਰਦੁਆਰਾ ਵੇਈ ਸਾਹਿਬ ਖੈੜਾ ਦੋਨਾ ਦੇ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰਦੇ ਰਹੇ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਨਕਸ਼ੇ ਕਦਮਾਂ ਤੇ ਆਪ ਜੀ ਦੇ ਬੇਟੇ ਚੱਲ ਰਹੇ ਹਨ। ਆਪ ਜੀ ਦੇ ਵੱਡੇ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਪਿੰਡ ਖੈੜਾ ਦੋਨਾ ਦੀ ਸਰਪੰਚ ਵਜੋਂ ਸੇਵਾ ਕਰ ਰਹੇ ਹਨ ਅਤੇ ਆਪ ਜੀ ਦੇ ਦੂਸਰੇ ਬੇਟੇ ਸਰਦਾਰ ਅਵਤਾਰ ਸਿੰਘ ਜੀ ਪੰਜਾਬ ਪੁਲਿਸ ਵਿੱਚ ਹੌਲਦਾਰ ਹਨ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ। ਇਹਨੂੰ ਸਤਿਗੁਰਾਂ ਨੇ ਆਖਿਆ ਆਤਮਕ ਮੌਕੇ ਮਾਰਨਾ।
ਸਿੱਖ ਜਦੋਂ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਅਰਦਾਸ ਕਰਦਾ ਦਿਖਾਈ ਦੇਵੇਗਾ ਤੇ ਸਮਝ ਲਓ ਆਤਮਕ ਮੌਤ ਦਾ ਸ਼ਿਕਾਰ ਹੋ ਚੁੱਕਾ ਹੈ। ਸਿੱਖ ਜਦੋਂ ਵੀ ਗੁਰੂ ਦੇ ਹੁਕਮਾਂ ਨੂੰ ਛੱਡ ਕੇ ਆਪਣੀ ਮਨ ਮਤ ਮਰਜ਼ੀ ਮਤਲਬ ਗੁਰੂ ਨੇ ਕਿਹਾ ਹੱਕ ਪਰਾਇਆ ਨਾਨਕਾ ਉਸ ਸੂਰਤ ਉਸ ਗਾਏ ਵੀ ਹੱਕ ਜਿਹੜਾ ਪਰਾਇਆ ਹੱਕ ਹੈ ਉਹ ਸਿੱਖ ਵਾਸਤੇ ਇਸ ਤਰ੍ਹਾਂ ਹੈ ਜਿਵੇਂ ਹਿੰਦੂ ਵੀਰ ਵਾਸਤੇ ਰਾਜਾ ਮਾਸ ਖਾਣਾ ਪਾਪ ਹੈ ਤੇ ਮੁਸਲਮਾਨ ਵੀਰ ਵਾਸਤੇ ਸੂਰ ਖਾਣਾ ਪਾਪ ਹੈ ਤੇ ਸਿੱਖ ਵਾਸਤੇ ਪਰਾਇਆ ਹੱਕ ਖਾਣਾ ਪਾਪ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਫੌਜਦੇ ਵਿੱਚ ਰਹੇ ਤੇ ਵੱਖ ਵੱਖ ਜਦੋਂ ਦੇਸ਼ ਨੂੰ ਲੋੜ ਪਈ ਉਹਨਾਂ ਨੇ ਵੱਖ ਵੱਖ ਜੰਗਾਂ ਦੇ ਹਿੱਸਾ ਲੈ ਕੇ ਵੀ ਜਿਹੜੇ ਹੈਗਾ ਦੇਸ਼ ਦੀ ਸੇਵਾ ਕੀਤੀ। ਜਦੋਂ ਫੌਜ ਤੋਂ ਆਏ ਪਿੰਡ ਦੀ ਉਹਨਾਂ ਨੇ ਸੇਵਾ ਕੀਤੀ, ਕਿਉਂਕਿ ਜਿਹੜੀ ਸੇਵਾ ਕਰਦੀ ਹੁੰਦੀ ਆ ਆਪਣੇ ਆਪ ਦੇ ਹੱਕ ਤੇ ਜੀਂਦਾ ਹੈਗਾ। ਜਿਹੜੀ ਸੇਵਾ ਕਰਨੀ ਇਹ ਬੜੀ ਔਖੀ ਆ, ਕਿਉਂਕਿ ਜਦੋਂ ਸਮਾਂ ਕਰਨਾ ਪੈਂਦਾ ਵਾ ਉਸ ਤੋਂ ਬਾਅਦ ਉਹ ਗੁਰੂ ਘਰ ਦੇ ਨਾਲ ਬਹੁਤ ਨੇੜਿਓ ਜੁੜੇ ਰਹੇ ਔਰ ਜਿਹੜੀ ਲੋੜ ਹੈ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਗੁਰਮਤਿ ਵਿਚਾਰਾਂ ਬੋਲੀਆਂ ਸੀਗੀਆਂ ਤਾਂ ਭਾਈ ਸਾਹਿਬ ਨੇ ਬਹੁਤ ਜ਼ਿਆਦਾ ਸਾਖੀਆਂ ਸੁਣਾ ਸੁਣਾ ਕੇ ਸਾਨੂੰ ਜਿਹੜਾ ਹੈਗਾ ਜਿਹੜਾ ਦੱਸਿਆ ਸੀਗਾ। ਗੱਲਾਂ ਸਾਰੀਆਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਲੋਕੀ ਜਿਹੜੇ ਹੈਗੇ ਆ ਜਦੋਂ ਬਾਹਰ ਜਾਂਦੇ ਹਾਂ ਨਾ ਆਪਣਾ ਜਿਹੜਾ ਰੁਟੀਨ ਹੁੰਦਾ ਉਹਦੇ ਵਿੱਚ ਗਵਾ ਜਾਂਦੇ ਹਾਂ। ਅਸੀਂ ਕਿਸੇ ਦੇ ਸੰਸਕਾਰ 'ਤੇ ਜਾਂਦੇ ਹਾਂ, ਸਮਝਾਮ ਘਾਟ ਤੋਂ ਬਾਹਰ ਆਉਂਦੇ ਜੋ ਹੈਗਾ ਰੱਬ ਭੁੱਲ ਜਾਂਦਾ ਹੈਗਾ। ਸੋ ਗੱਲਾਂ ਨੂੰ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤੇ ਗੁਰੂ ਸਾਹਿਬ ਦਾ ਸੰਦੇਸ਼ ਹੀ ਇਹੋ ਹੈਗਾ ਕਿ ਆਪਾਂ ਜਿਹੜੇ ਹੈਗੇ ਆ ਜਿੰਨੇ ਵੀ ਕਰਮ ਕਰਨ ਉਹਨਾਂ ਦੇ ਵਿੱਚੋਂ ਬਾਹਰ ਨਿਕਲਣਾ ਤੇ ਸਿਰਫ ਤੇ ਸਿਰਫ ਜਿਹੜਾ ਗੁਰੂ ਹੈਗਾ ਪਾਤਸ਼ਾਹ ਦਾ ਕਰਨਾ ਹੈਗਾ। ਉਹਨਾਂ ਜਿਹੜੇ ਸਤਾਰ ਸਿੰਘ ਜੀ ਹੋਣਾ ਨੇ ਸਾਰੇ ਬੁਰਾ ਜਿਹੜਾ ਹੈਗਾ ਗੁਰੂ ਦੇ ਲਾੜ ਦਾ ਕਹਿਣਾ, ਕਿਉਂਕਿ ਜੇ ਆਪਾਂ ਉਹਨਾਂ ਦੇ ਅੰਤਮ ਅਵਤਾਰ 'ਚ ਆਏ ਹਾਂ ਤੇ ਜਿਹੜੀਆਂ ਚੰਗੀਆਂ ਚੀਜ਼ਾਂ ਵਾ ਉਹ ਸਾਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਲੋੜ ਹੈਗੀ ਆ। ਇਹੋ ਜਿਹੜੀ ਸੱਚੀ ਸ਼ਰਧਾਂਜਲੀ ਹੁੰਦੀ ਹੈ ਜਿਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਫੌਜ ਦੇ ਵਿੱਚ ਸੇਵਾ ਕੀਤੀ ਹੈ ਔਰ ਉਹਨਾਂ ਨੇ ਆਪਣੇ ਜੀਵਨ ਦੀ ਜਾਨ ਵੀ ਲਈ ਹੈ, ਇੱਕ ਸਿਪਾਹੀ ਦੇ ਤੌਰ ਤੇ ਆਪਣਾ ਕਰਤੱਵ ਨਿਭਾਇਆ, ਸੇਵਾ ਮੁਕਤੀ ਵਾਲਾ ਹਾਲ ਨਿਭਾਇਆ ਤੇ ਹਰ ਵਾਰ ਕੇ ਬਾਬਾ ਨਾਨਕ ਦੀ ਉਸ ਕਿਰਤ ਕਰਨ ਦੀ ਉਸ ਕਮਾਈ ਵੀ ਕੀਤੀ ਹੈ ਤੇ ਆਪਣੇ ਪਰਿਵਾਰ ਨੂੰ ਉਹ ਕਥਾ ਜੀਵਨ ਦਿੱਤੀਆਂ, ਉਹ ਕਰਦਾਰ ਜੀਵਨ ਨਿਰਵਾਹ ਦਿੱਤਾ ਹੈ। ਬਾਬਾ ਭਜਨ ਸਿੰਘ ਜੀ ਜਿੱਥੇ ਇੱਕ ਸਾਲ ਰਹੇ ਕਿਰਤੀ ਰਹੇ ਉੱਥੇ ਸਾਡੇ ਸਤਿਕਾਰਯੋਗ ਮੈਂਬਰ ਪੰਚਾਇਤ ਵੀ ਰਹੇ, ਉਹ ਪਿੰਡ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਨ। ਉਹਨਾਂ ਦੇ ਮਾਰਗ ਚੱਲ ਕੇ, ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ, ਮੈਂ ਅਕਸਰ ਆਖਦਾ ਕਿ ਲੋਕ ਜਦੋਂ ਜਾਂਦੇ ਆ ਇਸ ਸੰਸਾਰ ਨੂੰ ਛੱਡਦੇ ਆ ਤੇ ਆਪਣੇ ਬੱਚਿਆਂ ਨੂੰ ਵਸੀਅਤ ਰੱਖ ਕੇ ਜਾਂਦੇ ਆ, ਆਪਣੇ ਜਾਇਦਾਦ ਦੀ, ਆਪਣੀ ਸੰਪਤੀ ਦੀ, ਆਪਣੀ ਧੰਨ ਦੌਲਤ ਦੀ। ਧੰਨ ਹਨ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਵਸੀਅਤ ਕਰਦਾ ਹੀ ਰੱਖ ਕੇ ਜਾਂਦੇ ਆ, ਜ਼ਿੰਦਗੀ ਨੂੰ ਜਿਉਂਦੇ ਜਿਉਂਦੇ ਪਹਿਲਾਂ ਜੀਵਨ ਦੇ ਕੇ ਜਾਂਦੇ ਆ। ਇਹ ਵਸੀਅਤ ਹੁੰਦੀ ਉਹਨਾਂ ਨੇ ਸੁੱਖ ਵੇਲੇ ਇਕੱਠੇ ਹੋਈਏ ਤੇ ਸੁੱਖ ਵੱਧ ਜਾਂਦਾ, ਦੁੱਖ ਵੇਲੇ ਇਕੱਠੇ ਹੋਈਏ ਤੇ ਦੁੱਖ ਘੱਟ ਜਾਂਦਾ। ਪਰ ਅਸੀਂ ਸਾਰਿਆਂ ਨੇ ਆਪਣਾ ਆਪਣੇ ਸਿਰ ਤੁੱਕ ਮਿਲਾ ਲੈਣਾ, ਜਿਵੇਂ ਕਿਸੇ ਦਾ ਨਹੀਂ ਸੇਵਾ ਬਚਦਾ ਨਾ, ਜਿੰਨਾ ਜਿੰਨੀ ਮਦਦ ਹੁੰਦੀ ਹੈ, ਜਿੰਨਾ ਜਿੰਨਾ ਰਿਸ਼ਤਾ ਤੋਂ ਮਿਲਾ ਹੀ ਬਚਦਾ। ਆਪਾਂ ਸਾਰੇ ਹੀ ਇਸ ਪਰਿਵਾਰ ਦੇ ਇਸ ਦੁੱਖ ਸ਼ਰੀਕ ਨੇ ਔਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਸਤਿਗੁਰੂ ਇਸ ਪਰਿਵਾਰ ਨੂੰ ਸ਼ਕਤੀ ਬਖਸ਼ੋ, ਇਸ ਪਰਾਮਨੀ ਨੂੰ ਤਾਕਤ ਬਖਸ਼ੋ। ਸੋ ਮੈਂ ਤੁਹਾਡਾ ਸਾਰਿਆਂ ਦਾ ਜਿਹਨੇ ਵੀ ਇਸ ਦਾ ਨੇ ਧੰਨਵਾਦ ਕਰਦਾ। ਵਾਹਿਗੁਰੂ ਖਾਲਸਾ।